ਅਤੇ ਅੱਜ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਇੱਕ ਸੰਸਥਾ ਚਲਾਉਂਦੇ ਸੀਗੇ ਜੋ ਕਿ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਹੱਥਾਂ 'ਚ ਬੰਦੂਕਾਂ ਫੜਨ ਦੀ ਜਾਂ ਫਿਰ ਗੈਰ ਸਮਾਜਿਕ ਜਿਹੜੇ ਕੰਮ ਨੇ ਉਹਨਾਂ ਨੂੰ ਕਰਨ ਦੀ ਪ੍ਰੇਰਨਾ ਦਿੰਦੇ ਸੀ, ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ। ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਨੌਜਵਾਨ ਕਿਸੇ ਬਹਿਕਾਵੇ 'ਚ ਆ ਜਾਣ ਜਾਂ ਕੋਈ ਸਵਾਰਥੀ ਲੋਕ ਜਿਹੜੇ ਦੇਸ਼ ਵਿਰੁੱਧ ਕੋਈ ਮੁਹਿੰਮ ਚਲਾ ਕੇ ਆਪਣੀਆਂ ਦੁਕਾਨਾਂ ਚਲਾਉਂਦੇ ਨੇ, ਅਸੀਂ ਉਹਨਾਂ ਦੁਕਾਨਾਂ ਦੇ ਗ੍ਰਾਹਕ ਬਣੀਏ, ਉਹਨਾਂ ਦੇ ਕਸਟਮਰ ਬਣੀਏ। ਸੋ ਭਾਈਚਾਰਕ ਸਾਂਝ ਬਣਾਉਣ ਲਈ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਹੈ। ਜੋ ਅੱਜ ਵਾਲੀ ਕਾਰਵਾਈ ਹੋਈ ਹੈ, ਮੈਨੂੰ ਕੱਲ੍ਹ ਰਾਤ ਇਹਦੀ ਇਨਫੋਰਮੇਸ਼ਨ ਆ ਗਈ ਸੀ ਅਤੇ ਮੈਂ ਪੂਰੀ ਰਾਤ ਨਹੀਂ ਸੁੱਤਾ। ਮੈਂ ਹਰ 15 ਮਿੰਟਾਂ ਬਾਅਦ, ਹਰ ਅੱਧੇ ਘੰਟੇ ਬਾਅਦ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਫੋਨ 'ਤੇ ਹਰ ਪਲ ਪਲ ਦੀ ਜਾਣਕਾਰੀ ਲੈਂਦਾ ਸੀ ਮੈਂ। ਉਹ ਮੈਂ ਇਹ ਵੀ ਚਾਹੁੰਦਾ ਸੀ ਕਿ ਸ਼ਾਂਤੀਪੂਰਵਕ ਹੋਵੇ। ਬਤੌਰ ਹੋਮ ਮਿਨਿਸਟਰ ਐਂਡ ਬਤੌਰ ਮੁੱਖ ਮੰਤਰੀ ਮੈਂ ਅੱਜ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ 18 ਮਾਰਚ ਨੂੰ ਜਦੋਂ ਐਕਸ਼ਨ ਹੋਇਆ ਸੀ, ਜੇ ਗ੍ਰਿਫਤਾਰ ਉਸੇ ਦਿਨ ਕਰਨਾ ਹੁੰਦਾ ਤਾਂ ਸ਼ਾਇਦ ਉਸ ਦਿਨ ਗੋਲੀ ਚੱਲ ਜਾਂਦੀ। ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਖੂਨ ਖਰਾਬਾ ਹੋਵੇ। ਜਿਸ ਦਿਨ ਅਜਨਾਲਾ ਥਾਣੇ ਦੇ ਅੱਗੇ ਪਾਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਜਿਹੜੀ ਉਹ ਲੈ ਕੇ ਗਏ, ਜਦੋਂ ਮੈਨੂੰ ਇਸ ਬਾਰੇ DGP ਪੁਲਿਸ ਨੇ ਜਾਣਕਾਰੀ ਦਿੱਤੀ ਤਾਂ ਮੈਂ ਉਹਨਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਕੁਛ ਵੀ ਹੋ ਜੇ, ਜਿਸ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਸਵਾਰ ਨੇ, ਉਹਨਾਂ ਦੀ ਜਿਹੜੀ ਸਵਾਰੀ ਹੈ, ਉਹਦੇ 'ਤੇ ਪਾਣੀ ਦਾ ਕੋਈ ਛਿੱਟਾ ਵੀ ਨਹੀਂ ਪੈਣਾ ਚਾਹੀਦਾ, ਉਹਦੇ 'ਤੇ ਕੋਈ ਪੱਥਰ ਰੋੜਾ ਡਲਾ ਵੀ ਨਹੀਂ ਵੱਜਣਾ ਚਾਹੀਦਾ। ਕਿਉਂਕਿ ਸਾਡੇ ਲਈ ਸਭ ਤੋਂ ਵੱਧ ਜੋ ਮਰਿਆਦਾ ਹੈ ਗੁਰੂ ਸਾਹਿਬ ਦੀ, ਉਹ ਸਾਡੇ ਲਈ ਸਭ ਤੋਂ ਅਹਿਮ ਹੈ। ਉਸ ਦਿਨ ਸਾਡੇ ਕੁਛ ਪੁਲਿਸ ਨੌਜਵਾਨ ਜਿਹੜੇ ਨੇ, ਪੁਲਿਸ ਦੇ ਜਵਾਨ, ਉਹਨਾਂ ਨੂੰ ਸੱਟਾਂ ਵੀ ਵੱਜੀਆਂ, ਟਾਂਕੇ ਵੀ ਲੱਗੇ ਸਿਰ ਦੇ ਵਿੱਚ, ਪਰ ਅਸੀਂ ਗੁਰੂ ਸਾਹਿਬ ਦੀ ਮਰਿਆਦਾ ਲਈ ਆਪਣਾ ਆਪ ਵਾਰ ਨੂੰ ਤਿਆਰ ਹਾਂ। ਤਾਂ ਉਹ ਪੁਲਿਸ ਮੁਲਾਜ਼ਮਾਂ ਨੂੰ ਅਸੀਂ ਸ਼ਾਬਾਸ਼ੀ ਵੀ ਦਿੱਤੀ ਕਿ ਤੁਸੀਂ ਉਸ ਦਿਨ ਬੜੀ ਮੁਸ਼ਤੈਦੀ ਵਰਤੀ, ਸੰਜਮ ਦੇ ਨਾਲ ਉਸ ਹਾਲਾਤ ਦਾ ਜਿਹੜਾ ਟਾਕਰਾ ਕੀਤਾ ਔਰ ਕਾਬੂ ਵੀ ਕੀਤਾ। ਸੋ ਪੰਜਾਬ ਦੇ ਵਿੱਚ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਜਿਹੜੀ ਹੈ, ਮੈਂ ਪਹਿਲਾਂ ਤੋਂ ਕਹਿੰਦਾ ਆ ਰਿਹਾ ਕਿ ਇਹ ਬਹੁਤ ਜ਼ਿਆਦਾ ਮਜ਼ਬੂਤ ਹੈ। ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ, ਬਹੁਤ ਜਰਖੇਜ਼ ਹੈ। ਜਿਹੜਾ ਵੀ ਬੀਜ ਬੀਜੋਗੇ ਇੱਥੇ ਉੱਗ ਜਾਂਦਾ, ਪਰ ਨਫ਼ਰਤ ਦੇ ਬੀਜ ਇੱਥੇ ਨਹੀਂ ਉੱਗਦੇ।